अलहमद जी बहुत ही जबरदस्त तकरीबन हर वाले वालन दो दो तीन तीन खरबूजे जड़े ना बने खड़े ने छापर हेठा माशा जी तकरीबन पाइ का जैज हो गया बिस्मिल्लाहमान रहीम असलम दोस्तों की हाल चाल ने मीरे सारे भाई खैर खीरत नज नवी वीडियो न फिर एक दफा हाजिर हो ਖਰਬੂਜੇ ਜਿਹੜੀ ਕਾਸ਼ ਕੀਤੀ ਸੀ ਅਲhamdulillah ਜੀ ਅੱਜ ਤੁਹਾਨੂੰ ਦਿਖਾਵਾਂਗੇ ਆਪਣਾ ਖਰਬੂਜ਼ਾ ਵੀ ਤੇ ਅੱਜ ਜਿਹੜਾ ਕੰਮ ਹੈ ਖਰਬੂਜੇ ਦਾ ਅਸੀਂ ਕਾੜਨਾ ਛਾਪਰ ਇੱਕੋ ਵਾਰੀ ਛਾਪਰ ਨਹੀਂ ਅਸੀਂ ਲਾਵਨਾ ਛਾਪਰ ਨੂੰ ਪਹਿਲੇ ਛੋਟੇ ਛੋਟੇ ਸਰਾਹ ਕਰ ਦਿਆਂਗੇ ਹਵਾ ਲੱਗੇਗੀ ਜਿਹੜਾ ਅੰਦਰ ਦਾ ਬਾਹਰ ਦਾ ਟੈਂਪਰੇਚਰ ਇੱਕ ਜਾ ਹੋ ਜਾਏਗਾ ਤੇ ਇਨਸ਼ਾਅੱਲਾ 2 ਤੋਂ 3 ਦਿਨ ਬਾਅਦ ਅਸੀਂ ਛਾਪਰ ਲਾਵਾਂਗੇ ਇਨਸ਼ਾਅੱਲਾ ਉਹ ਅਗਲੀ ਵੀਡੀਓ ਚ ਫਿਰ ਤੁਹਾਡੇ ਭਾਈਆਂ ਨਾਲ ਸ਼ੇਅਰ ਕਰਾਂਗੇ ਅੱਜ ਜਿਹੜੀ ਬਸ ਸਿਰਫ ਛਾਪਰਾਂ ਨੂੰ ਸਰਾਹ ਕਰਾਂਗੇ ਤੇ ਤੁਹਾਨੂੰ ਖਰਬੂਜੇ ਆਪਣੇ ਚੈੱਕ ਕਰਾਵਾਂਗੇ ਕਿਹੜੀ ਸਟੇਜ ਤੇ ਖੜੇ ਨੇ ਅੱਜ ਤਕਰੀਬਨ ਢਾਈ ਮਹੀਨੇ ਦਾ ਜਿਹੜਾ ਨਾ ਸਾਡਾ ਖਰਬੂਜਾ ਹੋ ਗਿਆ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਤੇ ਬੜਾ ਹੀ ਸੋਹਣਾ ਖਰਬੂਜਾ ਖੜਾ ਹੈ ਅੱਲਾ ਪਾਕ ਦਾ ਬੜਾ ਸ਼ੁਕਰ ਹੈ ਤੇ ਇਨਸ਼ਾਅੱਲਾ ਛਾਪਰ ਜਿਹੜਾ ਸਰਾਖ ਕਰਨੇ ਨੇ ਤੁਹਾਨੂੰ ਉਹ ਵੀ ਦਿਖਾਣੇ ਕਿਵੇਂ ਕਰਨੇ ਅਸੀਂ ਇੱਕ ਛੋਟੀ ਜਿਹੀ ਛੋਟੀ ਲੈ ਲਈਏ ਇਹ ਛੋਟੀ ਨਾਲ ਜਿਹੜਾ ਨਾ ਅਸੀਂ ਖਰਬੂਜੇ ਦੇ ਜਿਹੜਾ ਛਾਪਰ ਹੈ ਇਹਨੂੰ ਸਰਾਖ ਕਰਾਂਗੇ ਆ ਛੋਟੀ ਇਸ ਤਰੀਕੇ ਜਿਹੜੇ ਨਾ ਇਹ ਨੂੰ ਇਹ ਮਾਰਦੇ ਜਾ ਕੇ ਆ ਜਿਹੜਾ ਸਰਾਖ ਇਸ ਤਰ੍ਹਾਂ ਦਾ ਹੁੰਦਾ ਜਾਏਗਾ ਸਾਈਡ ਤੋਂ ਮਾਰਾਂਗੇ ਉੱਤਲੀ ਸਾਈਡ ਤੋਂ ਨਹੀਂ ਮਾਰਨੀ ਕਿਉਂਕਿ ਛਾਪਰ ਫਿਰ ਵਹਾਹ ਆਵੇਗੀ ਤੇ ਸਾਰਾ ਪਹਾੜ ਜਗ ਦੁਬਾਰਾ ਸਾਡੇ ਦੇਖ ਪੱਕੋ ਕਿ ਇਹ ਦੋ ਦਿਨ ਛਾਪਰ ਸੀ ਉੱਤੇ ਰੱਖਣਾ ਹੈ ਅਸੀਂ ਸਾਈਡ ਤੋਂ ਨਾ ਛੋਟੀਆਂ ਹੀ ਮਾਰਦੇ ਜਾਗੇ ਅਸੀਂ ਇਸ ਤਰੀਕੇ ਇਹ ਛਾਪਰ ਜਿਹੜਾ ਨਾ ਪਾੜਦਾ ਜਾਏਗਾ ਦਿਖਾਓ ਮਾਸ਼ਾ ਅੱਲਾਹ ਜੀ ਦੇਖੋ ਆ ਸਾਡਾ ਖਰਬੂజా ਅਲਹਮਦੁਲਿਲਾ ਜੀ ਬਹੁਤ ਹੀ ਜ਼ਬਰਦਸਤ ਤੇ ਸੋਹਣਾ ਖਰਬੂజా ਖੜਾ ਹੈ अलमदुल्ला जी बहुत ही जबरदस्त तकरीबन वाले वालन दो दो तीन तीन खरबूजे जड़े ना बने खड़े ने छापर हेठा माशाला जी तकरीबन पाइ का जेज हो गया माशाला जी देख लो बहुत ही जबरदस्त बड़ा ही आला खरबूजा खड़ा है वह भी बड़िया खुशहाल ने किसी किसम की बीमारी वगैरह कोई वायरस नहीं है बहुत खुशहाल है आहरा देख लो ਆ ਜਿਹੜਾ ਸੇਨ ਜਿਹੜਾ ਨਾ ਗੁਆਇਆ ਸੀ ਖਰਬੂజా ਸੇਨ ਦੋ ਚਾਰ ਦਿਨ ਆ ਕੇ ਬੜੀ ਜੜੀ ਨਾਲ ਖਰਬੂਜੇ ਦੀ ਡੰਡ ਲਾਈ ਸਾਡੀ ਆ ਵੇਖੋ ਅੱਜ ਛਾਪਰੇ ਨੇਰੀ ਨਾਲ ਪਾੜ ਗਿਆ ਸੀ ਉੱਤੋਂ ਤੇ ਉੱਥੋਂ ਉੱਥੋਂ ਜਿਹੜਾ ਨਾ ਬੜਾ ਸੇਨ ਕੋ ਆਇਆ ਦੋ ਚਾਰ ਦਿਨ ਬਾਅਦ ਜਦੋਂ ਸਾਡਾ ਛਾਪਰ ਲੱਥ ਜਾਗਾ ਮੁਕੰਮਲ ਫਿਰ ਇਨਸ਼ਾਅੱਲਾ ਤੁਹਾਡੇ ਭਾਈਆਂ ਨਾਲ ਕਿਸਾਨ ਭਰਾਵਾਂ ਨਾਲ ਇੱਕ ਤਫਸੀਲ ਨਾਲ ਵੀਡੀਓ ਮੁਕੰਮਲ ਵੀਡੀਓ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਅੱਜ ਅਸੀਂ ਸ਼ਾਪਰ ਬਸ ਸਰਾਹ ਕਰਨੇ ਸੀ ਸ਼ਾਪਰ ਦੇ ਤੇ ਦੱਸਣਾ ਸੀ ਕਿਉਂਕਿ ਇੱਕੋ ਵਾਰੀ ਸ਼ਾਪਰ ਨਹੀਂ ਲਾਉਣਾ ਅਗਰ ਅਸੀਂ ਇੱਕੋ ਵਾਰੀ ਸ਼ਾਪਰ ਲਾਣ ਆ ਵੱਲਾ ਜਿਹੜੇ ਥੱਲੇ ਹੀਟ ਸੀ ਤੇ ਫਿਰ ਜਿਹੜੀ ਹੀਟ ਲੱਗੇਗੀ ਵੱਲਾਂ ਨੂੰ ਵੱਲਾ ਜਿਹੜੀਆਂ ਨਾ ਕੁੱਟੀਆਂ ਜਾਂਦੀਆਂ ਉਹਨਾਂ ਜਿਹੜੇ ਇੱਕ ਵਾਰੀ ਗਰੋਥ ਬੰਦ ਹੋ ਜਾਗੀ ਇਹ ਨਾ ਵਧਣਾ ਨਹੀਂ ਸੀ ਇਸ ਵਜ੍ਹਾ ਤੋਂ ਸ਼ਾਮ ਦੇ ਟਾਈਮ ਇਹ ਛਾਪਰ ਨੂੰ ਪਾੜਿਆ ਗਿਆ ਸਰਾਹ ਕੀਤੇ ਗਏ ਨੇ ਕਿ ਜਿਹੜਾ ਅੰਦਰ ਦਾ ਤੇ ਬਾਹਰ ਦਾ ਟੈਂਪਰੇਚਰ ਵੱਲਾ ਦਾ ਇੱਕ ਜਾ ਹੋ ਜਾਵੇ ਤੇ 2-3 ਦਿਨ ਬਾਅਦ ਇਨਸ਼ਾਅੱਲਾ ਅਸੀਂ ਜਿਹੜਾ ਦੁਬਾਰਾ ਛਾਪਰ ਲਾ ਦੇਾਂਗੇ ਫਿਰ ਇਨਸ਼ਾਅੱਲਾ ਕਿਸਾਨ ਭਾਈਆਂ ਨਾਲ ਇੱਕ ਮੁਕੰਮਲ ਵੀਡੀਓ ਸ਼ੇਅਰ ਕਰਾਂਗੇ ਮਾਸ਼ਾਅੱਲਾ ਜੀ ਮਾਸ਼ਾਅੱੱਲਾ ਦੇਖ ਲਓ ਖਰਬੂਜ਼ਾ ਬਹੁਤ ਹੀ ਜ਼ਬਰਦਸਤ ਤੁਸੀਂ ਦੇਖ ਲਓ ਫਾਲਨਾ ਜਿਹੜੇ ਨਾ ਵੱਲਾਂ ਭਰੀਆਂ ਪਈਆਂ ਨੇ ਅਲਹਮਦੁਲਿਲਾ ਜੀ ਇੱਕ ਇੱਕ ਵਾਲਾ तकरीबन 2-2 4-4 ਜਿਹੜੇ ਨਾ ਥੱਲੇ ਛਾਪਰ ਤੇ ਥੱਲੇ ਜਿਹੜੇ ਬਿੰਦੂ ਪਾਈਆ ਪਾਈਆ ਦੇ ਤਕਰੀਬਨ ਖਰਬੂਜੇ ਹੋਏ ਪੈਣ ਤੇ ਆਹ ਦੇਖ ਲੋ ਇਹ ਛਾਪਰ ਨਹੀਂ ਲੱਥਾ ਤੇ ਮਾਸ਼ਾਅੱਲਾ ਪੱਲਾਂ ਦੀ ਜਿਹੜੀ ਗਰੋਥ ਬਹੁਤ ਜ਼ਬਰਦਸਤ ਹੈ ਤੇ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਤੇ ਕੋਈ ਕਿਸੇ ਕਿਸਮ ਦਾ ਵਾਇਰਸ بیماری ਕੁਛ ਕੋਈ ਮਸਲਾ ਨਹੀਂ ਹੈ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ ਆਪਣੇ ਦੋਸਤਾਂ ਨਾਲ ਸਾਡੀ ਵੀਡੀਓ ਜ਼ਰੂਰ ਸ਼ੇਅਰ ਕਰਨੀ ਹੈ ਓਨੇ دیر ਵਾਸਤੇ ਇਜਾਜ਼ਤ ਦਿਓ ਇਨਸ਼ਾਅੱਲਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ